ਦੇਖੋ ਇਸ ਤਰ੍ਹਾਂ ਕਿ ਪਿਛਲੇ ਲੰਬੇ ਟਾਈਮ ਤੋਂ ਜਦੋਂ ਕਾਲਜਾਂ ਦੇ ਅੰਦਰ ਭਰਤੀ ਨਹੀਂ ਕੀਤੀ ਗਈ ਸੀਗੀ ਉਹਨਾਂ ਸਮਿਆਂ ਤੋਂ ਇਹਨਾਂ ਅਧਿਆਪਕਾਂ ਨੇ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਹੈਗਾ। ਇੱਕ ਲੰਬੇ ਸਮੇਂ ਦਾ ਐਕਸਪੀਰੀਅੰਸ ਹੈਗਾ। ਅੱਜ ਜੇ ਇਹਨਾਂ ਦੀ ਨੌਕਰੀ 'ਤੇ ਖਤਰਾ ਬਣਦਾ ਤਾਂ ਇਹਨਾਂ ਦੇ ਨਾਲ ਅਸੀਂ ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਨਿੱਠ ਕੇ ਖੜੇ ਹਾਂ ਔਰ ਇਹਨਾਂ ਦੇ ਸੰਘਰਸ਼ ਦੇ ਵਿੱਚ ਹਿਮਾਇਤ ਹੀ ਨਹੀਂ, ਅਸੀਂ ਇਹਨਾਂ ਦੀ ਬਰਾਬਰ ਹੋ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ, ਇਹ ਦੇਖੋ ਸਰਕਾਰ ਦੀ ਨੀਤੀਆਂ ਤਾਂ ਇਹਨਾਂ ਕਾਲਜਾਂ ਨੂੰ ਬਰਬਾਦ ਕਰਨ ਦੀਆਂ ਸੀਗੀਆਂ, ਲੇਕਿਨ ਲੋਕਾਂ ਨੇ ਸੰਘਰਸ਼ ਕਰਿਆ ਲੰਬਾ ਟਾਈਮ, ਇਹਨਾਂ ਅਧਿਆਪਕਾਂ ਨੇ ਉੱਥੇ ਪੜ੍ਹਾਇਆ। ਇਹ ਵੀ ਅਧਿਆਪਕ ਮੰਗ ਕਰ ਰਹੇ ਸੀਗੇ ਲੰਬੇ ਟਾਈਮ ਤੋਂ ਕਿ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ, ਲੇਕਿਨ ਅਸੀਂ ਇਹਨਾਂ ਇੱਥੇ ਇੱਕ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ 1158 ਜਿਹੜੀਆਂ ਪੋਸਟਾਂ ਭਰੀਆਂ ਹੈਗੀਆਂ ਉਹ ਪੋਸਟਾਂ ਦਾ ਸਵਾਗਤਯੋਗ ਕਦਮ ਹੈਗਾ। ਇਹ ਲੰਬੇ ਟਾਈਮ ਤੋਂ ਅਸੀਂ ਮੰਗ ਕਰ ਰਹੇ ਸੀ ਕਿ ਪੋਸਟਾਂ ਜਿਹੜੀਆਂ ਹੈਗੀਆਂ ਉਹ ਭਰੀਆਂ ਜਾਣ, ਲੇਕਿਨ ਉਹ 1158 ਪੋਸਟਾਂ ਨਾਲ ਜਿਹੜੀ ਫੈਕਲਟੀ ਉਹ ਭਰ ਨਹੀਂ ਜਾਂਦੀਆਂ। ਜਿਹੜੀ ਸਟੂਡੈਂਟ ਟੀਚਰ ਦੀ ਰੇਸ਼ੋ 1:60 ਦੀ ਹੈਗੀ ਹੈ, ਉਸ ਦੇ ਹਿਸਾਬ ਨਾਲ ਪੰਜਾਬ ਦੇ ਅੰਦਰ ਘੱਟੋ ਘੱਟ 4,500 ਪੋਸਟਾਂ ਚਾਹੀਦੀਆਂ, ਜਿਹਦੇ ਵਿੱਚ ਇਹ ਅਧਿਆਪਕ ਮਰਜ ਹੋ ਸਕਦੇ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ 1158 ਪੋਸਟਾਂ ਭਰੀਆਂ ਹੈ ਉਹਨਾਂ ਨੂੰ ਜਿਹੜੇ ਸਕੇਲ ਦਿੱਤੇ ਜਾਏ ਗਏ ਹੈ ਉਹਨਾਂ ਨੂੰ ਇਹਨਾਂ ਦੇ ਐਕਸਪੀਰੀਅੰਸ ਦੇ ਆਧਾਰ 'ਤੇ ਡਿਪਾਰਟਮੈਂਟ ਦੇ ਵਿੱਚ ਲਿਆ ਜਾਵੇ, ਪੱਕੇ ਤਨਖਾਹ ਸਕੇਲਾਂ ਦੇ ਉੱਪਰ ਭਰਤੀ ਕੀਤੇ ਜਾਣ ਔਰ ਬਰਾਬਰ ਦਾ ਮਾਣ ਸਨਮਾਨ ਇਹਨਾਂ ਦਾ ਬਹਾਲ ਕੀਤਾ ਜਾਣਾ ਚਾਹੀਦਾ। ਔਰ ਅਸੀਂ ਇਸ ਮੰਗ ਦੀ ਪੁਰਜ਼ੋਰ ਸਮਰਥਨ ਵੀ ਕਰਦੇ ਹਾਂ ਔਰ ਇਹਨਾਂ ਦੇ ਨਾਲ ਸੰਘਰਸ਼ ਦੇ ਵਿੱਚ ਖੜੇ ਹਾਂ। ਸਾਨੂੰ ਸਰਕਾਰਾਂ ਨੇ ਇੰਨਾ ਹੀ ਮਜਬੂਰ ਕਰ ਦਿੱਤਾ ਹੈ ਕਿ ਜਿਹੜੇ ਅਧਿਆਪਕ ਕਾਲਜਾਂ ਦੇ ਵਿੱਚ ਬੈਠ ਕੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਨੇ, ਆਉਣ ਵਾਲੇ ਸਮੇਂ ਦੇ ਲਈ ਉਹਨਾਂ ਦੇ ਨੇਸ਼ਨ ਬਿਲਡਰ ਕਹੇ ਜਾਂਦੇ ਨੇ ਅਧਿਆਪਕ, ਉਹਨਾਂ ਅਧਿਆਪਕਾਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਜੋ ਵੀ ਆਪਦੇ ਕੁਨੀਤੀਆਂ ਕਰਕੇ, ਉਹਨਾਂ ਦੀਆਂ ਬੁਰੀਆਂ ਨੀਤੀਆਂ ਕਰਕੇ ਉਹਨਾਂ ਨੇ ਪਹਿਲੇ ਤਾਂ ਸਾਡੇ ਕੋਲ ਜਿਹੜਾ ਸੀ ਕਾਲਜਾਂ ਦੇ ਵਿੱਚ ਕੰਮ ਲਿਆ, ਇਹ ਕਹਿ ਕੇ ਕਿ ਇਹ ਕਾਲਜ ਤੁਹਾਡੇ ਨੇ, ਇਹ ਬੱਚੇ ਸਾਡੇ ਨੇ, ਅਸੀਂ ਉਹਨਾਂ ਨੂੰ ਬੱਚਿਆਂ ਨੂੰ ਆਪਣਾ ਸਮਝ ਕੇ, ਵਿਦਿਆਰਥੀਆਂ ਨੂੰ ਆਪਣਾ ਸਮਝ ਕੇ ਅਸੀਂ ਉਹਨਾਂ ਦੇ ਦਿੱਤੇ ਹੋਏ ਸਾਰੇ ਕੰਮਾਂ ਨੂੰ ਪੂਰਾ ਕੀਤਾ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੁਛ ਵਾਅਦੇ ਸਾਨੂੰ ਕੀਤੇ ਕਿ ਅਸੀਂ ਇਹ ਚੋਣਾਂ ਹੋਣ ਜਾ ਰਹੀਆਂ ਨੇ, ਤੁਹਾਨੂੰ ਇਹ ਅਸੀਂ ਜਿਹੜਾ ਹੈ ਸਿਕਿਉਰਿਟੀ ਦਿਆਂਗੇ, ਤੁਹਾਡੇ ਜਿਹੜੇ ਹੈ ਪੇ ਸਕੇਲ ਅੱਛੇ ਹੋ ਜਾਣਗੇ। ਤਾਂ ਉਸ ਤਰ੍ਹਾਂ ਕਰਦਿਆਂ ਉਹਨਾਂ ਨੇ ਸਾਨੂੰ ਇਸ ਆਮ ਆਦਮੀ ਪਾਰਟੀ ਨੇ ਆਉਂਦਿਆਂ ਹੀ ਕੁਛ ਰਾਹਤ ਦਿੱਤੀ ਇਸ ਤਰੀਕੇ ਦੇ ਨਾਲ ਕਿ ਸਾਨੂੰ ਜਿਹੜਾ ਸਾਡਾ ਐਕਸਪੀਰੀਅੰਸ ਸੀ ਉਸ ਦੇ ਮੁਤਾਬਿਕ ਉਹਨਾਂ ਨੇ ਕੁਛ ਸਲੈਬਸ ਬਣਾ ਕੇ ਸਾਨੂੰ ਵੰਡ ਦਿੱਤਾ। ਇਹ ਜਿਹੜੀਆਂ ਨੀਤੀਆਂ ਰਹੀਆਂ ਪਾੜੋ ਤੇ ਰਾਜ ਕਰਨ ਦੀ ਨੀਤੀਆਂ ਦੇ ਤਹਿਤ ਉਹਨਾਂ ਨੇ ਪਹਿਲੇ ਸਾਰੀ ਫੈਕਲਟੀ ਨੂੰ 2000 ਫੈਕਲਟੀ ਸੀ ਉਸਨੂੰ ਇਹ ਸਲੈਬਾਂ ਦੇ ਨਾਮ ਤੇ ਪਹਿਲੇ ਵੰਡਿਆ, ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਜਿਹੜੇ ਅਧਿਆਪਕ ਨੇ ਉਹ ਕੁਛ ਕੁ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਉਹਨਾਂ ਨੂੰ ਅਸੀਂ 2 ਸਾਲ ਦਾ ਸਮਾਂ ਦਿੰਦੇ ਹਾਂ ਕਿ ਉਹ ਆਪਣੀਆਂ ਜਿਹੜੀਆਂ ਹੈਗੀਆਂ ਨੇ ਰਿਕੁਆਇਰਮੈਂਟਸ ਪੂਰੀਆਂ ਕਰ ਲੈਣ, ਤਾਂ ਅਸੀਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵਧੀਆ ਉਹਨਾਂ ਦੀ ਜਿਹੜੀ ਨੀਤੀ ਬਣਾ ਕੇ ਪਾਲਿਸੀ ਬਣਾ ਕੇ ਅਸੀਂ ਉਹਨਾਂ ਨੂੰ ਪੱਕੇ ਕਰ ਦਿਆਂਗੇ। ਤਾਂ ਉਸ ਮੁਤਾਬਿਕ ਸਾਰੇ ਅਧਿਆਪਕਾਂ ਨੇ ਜਿਨ੍ਹਾਂ ਦਾ ਕੁਛ ਰਹਿ ਗਿਆ ਸੀਗੀਆਂ ਪੂਰੀਆਂ ਕਰਨੀਆਂ ਉਹਨਾਂ ਦੀਆਂ, ਉਹਨਾਂ ਨੇ ਆਪਦੀਆਂ ਉਹ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕੀਤੀਆਂ ਔਰ ਅੱਜ ਦੇ ਟਾਈਮ ਜਦੋਂ ਅਸੀਂ ਸਾਰਾ ਕੁਛ ਆਪਦਾ ਕਾਰੋਬਾਰ ਲਗਾ ਕੇ ਆਪਣੇ ਛੋਟੇ ਬੱਚੇ ਨਾਲ ਲੈ ਕੇ ਅਸੀਂ ਆਏ ਹਾਂ ਉਹ ਸਿਰਫ ਇਸੇ ਵਜ੍ਹਾ ਕਰਕੇ ਕਿ ਉਹਨਾਂ ਸਰਕਾਰਾਂ ਦੇ ਦਿੱਤੇ ਹੋਏ ਵਾਅਦਿਆਂ ਨੇ ਅੱਜ ਕਿਵੇਂ ਪੂਰਾ ਕੀਤਾ ਕਿ ਉਹਨਾਂ ਨੇ ਅੱਧੀ ਰਾਤ ਨੂੰ ਜਿਹੜਾ ਹੈ ਸਾਨੂੰ ਬਾਹਰ ਕਿਨਾਰੇ ਕਰ ਦਿੱਤਾ, ਨਵੀਆਂ ਅਪੁਆਇੰਟਮੈਂਟ ਕੀਤੀਆਂ। ਨਵੀਆਂ ਅਪੁਆਇੰਟਮੈਂਟ ਦਾ ਅਸੀਂ ਬਹੁਤ ਤਹਿ ਦਿਲੋਂ ਸਵਾਗਤ ਕਰਦੇ ਹਾਂ ਕਿ ਸਾਡੇ ਵਿਦਿਆਰਥੀਆਂ ਨੂੰ ਜ਼ਰੂਰਤ ਹੈ, ਕਿਉਂਕਿ ਜਿਹੜਾ ਵਿਦਿਆਰਥੀ ਤੇ ਟੀਚਰ ਦਾ ਅਨੁਪਾਤ ਹੈਗਾ ਉਹਦੇ ਵਿੱਚ ਅਸੀਂ ਇੱਕ ਇੱਕ ਕਲਾਸ ਨੂੰ ਦੋ ਦੋ ਢਾਈ ਢਾਈ ਸੌ ਬੱਚਿਆਂ ਦੀ ਕਲਾਸ ਨੂੰ ਇੱਕ ਅਧਿਆਪਕ ਪੜ੍ਹਾ ਰਿਹਾ। ਇਹਨਾਂ ਅਧਿਆਪਕਾਂ ਦੀ ਬਹੁਤ ਸਮੇਂ ਤੋਂ ਲੋੜ ਸੀ, ਲੇਕਿਨ ਉਹ ਸਰਕਾਰਾਂ ਆਪਦੀਆਂ ਕਮੀਆਂ ਕਰਕੇ ਇਹਨਾਂ ਨੂੰ ਜਿਹੜਾ ਸੀ ਉਹ ਜੁਆਇਨ ਨਹੀਂ ਕਰਵਾ ਪਾ ਰਹੀ ਸੀ। ਤਾਂ ਹੁਣ ਅਗਰ ਉਹ ਜੁਆਇਨਿੰਗ ਹੋਈ ਹੈ ਤਾਂ ਉਸ ਜੁਆਇਨਿੰਗ ਦੇ ਵਿੱਚ ਉਹਨਾਂ ਨੇ ਪਹਿਲੇ ਤੋਂ ਕੰਮ ਕਰਦੇ ਹੋਏ ਜਿਹੜੇ ਅਧਿਆਪਕ ਨੇ ਜਿਨ੍ਹਾਂ ਵਿੱਚੋਂ ਸਾਨੂੰ 20-25 ਸਾਲ ਹੋ ਗਏ ਆ ਕੰਮ ਕਰਦਿਆਂ ਨੂੰ, ਜਿਹਦੇ ਵਿੱਚ ਪਾਰਟ ਟਾਈਮਰ ਨਾਮ ਦੀ ਇੱਕ ਕੈਟਾਗਰੀ ਹੈ, 200 ਤੋਂ 250 ਬੰਦੇ ਉਹ ਹਨ। ਉਸ ਤੋਂ ਬਾਅਦ 850 ਅਸੀਂ ਗੈਸਟ ਫੈਕਲਟੀ ਨਾਮ ਜਿਹੜਾ ਕੈਡਰ ਸਾਡਾ ਬਣਿਆ ਹੋਇਆ ਉਹਦੇ ਵਿੱਚ ਸਾਨੂੰ ਬਿਨਾਂ ਕਿਸੇ ਦੀ ਸਿਕਿਉਰਿਟੀ ਕਿਸੇ ਤਰ੍ਹਾਂ ਦੀ ਸਿਕਿਉਰਿਟੀ ਦਿੱਤੇ ਹੋਏ
ਅੱਧੀ ਰਾਤ ਨੂੰ ਸਾਨੂੰ ਇਹ ਆਰਡਰ ਥਮਾਏ ਜਾਂਦੇ ਨੇ ਕਿ ਸਾਡੀਆਂ ਪੋਸਟਾਂ ਜਿਨ੍ਹਾਂ ਤੇ ਅਸੀਂ 20 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ, 22 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ, ਸਾਡੀਆਂ ਇਹਨਾਂ ਪੋਸਟਾਂ ਨੂੰ ਖਾਲੀ ਸਮਝਿਆ ਜਾਵੇ ਤੇ ਇਹਨਾਂ ਉੱਪਰ ਬਾਅਦ ਚੋਂ ਵਿਚਾਰ ਕੀਤਾ ਜਾਏਗਾ। ਉਸ ਚੀਜ਼ ਦੇ ਚਲਦਿਆਂ ਅਸੀਂ ਆਪਣੇ ਰੋਸ ਮਾਰਚ ਜਿਹੜੇ ਆ ਉਹ ਕਰ ਰਹੇ ਹਾਂ। ਮਹਿਲਾਵਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਤਾਂ ਹੀ ਤਾਂ ਅੱਧੀ ਰਾਤ ਨੂੰ ਆਪਦੇ ਬੱਚਿਆਂ ਨੂੰ ਆਪਦੇ ਘਰ ਪਰਿਵਾਰ ਨੂੰ ਨਾਲ ਲੈ ਕੇ ਸੜਕਾਂ ਤੇ ਤੁਰੇ ਹੋਏ ਨੇ। ਜੇ ਇਹੀ ਇਨਸਾਫ਼ ਮਿਲਿਆ ਹੁੰਦਾ ਤਾਂ ਸਾਨੂੰ ਇਹ ਕੁਛ ਵੀ ਕਰਨ ਦੀ ਲੋੜ ਹੀ ਨਾ ਪੈਂਦੀ। ਸਾਨੂੰ ਇਸ ਟਾਈਮ ਬੇਸਿਕ ਸੈਲਰੀ ਵੀ ਨਹੀਂ ਦਿੱਤੀ ਜਾਂਦੀ, ਬਹੁਤ ਹੀ ਨਿਗੂਨੀਆਂ ਤਨਖਾਹਾਂ, ਜਿੰਨਾ ਕਿ ਜਿਸ ਤਰੀਕੇ ਨਾਲ ਅੱਜ ਕੱਲ੍ਹ ਜਿਹੜਾ ਹੈ, ਪਿਛਲੇ 2 ਮਹੀਨੇ ਪਹਿਲਾਂ ਜਿਹੜਾ ਸੀ ਇਕੁਅਲ ਵਰਕ ਇਕੁਅਲ ਪੇ ਜਿਹੜਾ ਹੈ ਉਹ ਹਾਈਕੋਰਟ ਦੇ ਵੱਲੋਂ ਉਹਨਾਂ ਦੇ ਉੱਪਰ ਜੱਜਮੈਂਟ ਆ ਚੁੱਕੀ ਹੈ ਕਿ ਚਾਹੇ ਕੰਟਰੈਕਟ ਤੇ ਹੋਵੇ ਪਰਸਨ, ਚਾਹੇ ਕਿਸੇ ਵੀ ਪੋਸਟ ਦੇ ਉੱਪਰ ਹੋਵੇ, ਸਿਮਿਲਰ ਪੋਸਟ ਦੇ ਉੱਪਰ ਕੰਮ ਕਰਨ ਵਾਲਾ ਬੰਦਾ ਰੈਗੂਲਰ ਪੇ ਲੈਣ ਵਾਲੇ ਬੰਦੇ ਦੇ ਬਰਾਬਰ ਦਾ ਹੱਕ ਰੱਖਦਾ ਹੈ, ਉਸ ਨੂੰ ਉਸ ਮੁਤਾਬਿਕ ਪੂਰੀ ਬੰਦੀ ਤਨਖਾਹ ਦੇਣੀ ਚਾਹੀਦੀ ਹੈ। ਜੋਬ ਜਾਂਦੀ ਹੈ ਤਾਂ ਕਈਆਂ ਦੇ ਘਰ ਪਰਿਵਾਰ ਰੁੱਲ ਜਾਣਗੇ, ਕਈ ਬੰਦੇ ਇੰਨਾ ਕੁ ਡਿਪਰੈਸ ਹੋ ਜਾਣਗੇ ਕਿ ਜਿਹੜੀ ਘਟਨਾ ਨੂੰ ਲੈ ਕੇ ਉਹ ਗੱਲ ਕਰਦੇ ਨੇ ਕਿ ਪਹਿਲੇ ਜਿਹੜੇ ਹੈਗੇ ਨੇ ਆਤਮਦਾਹ ਕੀਤੇ ਗਏ, ਸੁਸਾਈਡ ਕੀਤੇ ਗਏ, ਤਾਂ ਪਤਾ ਨਹੀਂ ਸਾਡੇ ਵਿੱਚੋਂ ਵੀ ਕਿੰਨੇ ਲੋਕ ਸੁਸਾਈਡ ਕਰ ਲੈਣਗੇ, ਕਿਉਂਕਿ ਕਈਆਂ ਦੇ ਘਰ ਬਾਹਰ ਐਸੇ ਜੇ ਚੱਲਦੇ ਪਏ ਆ। ਔਰ ਇੱਕ ਸਮਾਜ ਦੇ ਵਿੱਚ ਸਾਡਾ ਇੱਕ ਰੁਤਬਾ ਹੈ, ਉਹ ਰੁਤਬਾ ਜਾਏਗਾ ਤਾਂ ਤੁਸੀਂ ਦੱਸੋ ਕਿ ਕੀ ਰਹਿ ਜਾਏਗਾ ਕਿਸੇ ਦੇ ਕੋਲ। ਕਿੰਨੀ ਗਿਣਤੀ ਹੈ ਜਿਹੜੇ ਤੁਹਾਡੇ? ਅਸੀਂ 850 ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਕੰਮ ਕਰਨ ਵਾਲੇ ਸਾਡੇ ਅਧਿਆਪਕਾਂ ਦੀ ਗਿਣਤੀ ਹੈ। ਸਾਡੀ ਡਿਮਾਂਡ ਹੈ ਕਿ ਸਾਨੂੰ ਇੱਕ ਸਨਮਾਨਜਨਕ ਸੈਲਰੀ ਦੇ ਕੇ, ਸਾਡੀ ਬੇਸਿਕ ਤਨਖਾਹ ਦੇ ਕੇ, ਸਾਡੀ ਰਿਟਾਇਰਮੈਂਟ ਦੀ ਏਜ ਤੱਕ ਸਾਨੂੰ ਜਿਹੜਾ ਹੈ ਉਹ ਸਿਕਿਉਰਿਟੀ ਦਿੱਤੀ ਜਾਵੇ, ਤਾਂ ਕਿ ਸਰਕਾਰ ਕੋਈ ਵੀ ਕੰਮ ਕਰੇ ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਕਾਡਰ ਦੇ ਵਿੱਚ ਆਪਸੀ ਮਨ ਮੁਟਾਵ ਨਾ ਹੋਵੇ, ਅਸੀਂ ਬੜੇ ਆਰਾਮ ਨਾਲ ਪੀਸਫੁਲ ਕੰਮ ਕਰੀਏ। ਕਿਉਂਕਿ ਇੱਕ ਅਧਿਆਪਕ ਜਦੋਂ ਮਾਨਸਿਕ ਤੌਰ ਤੇ ਪਰੇਸ਼ਾਨ ਹੋਏਗਾ, ਕਮਜ਼ੋਰ ਹੋਏਗਾ ਆਰਥਿਕ ਤੌਰ ਤੇ, ਉਹ ਕਦੇ ਵੀ ਨੇਸ਼ਨ ਬਿਲਡਰ ਸਹੀ ਢੰਗ ਨਾਲ ਨਹੀਂ ਬਣ ਪਾਏਗਾ, ਉਹ ਵਿਦਿਆਰਥੀਆਂ ਦਾ ਭਵਿੱਖ ਨਹੀਂ ਸਵਾਰ ਪਾਏਗਾ। ਕੀ ਨਾਮ ਜੀ ਆਪਣਾ? ਡਾਕਟਰ ਰਣਜੀਤ ਕੌਰ। ਬਿਲਕੁਲ ਵੀ ਸਾਡੀ ਮੇਜਰ ਫਰੂਟਫੁਲ ਨਹੀਂ ਹੋਈ, ਬਿਲਕੁਲ ਵੀ ਸਰ। 2001 ਤੋਂ ਜੁਆਇਨਿੰਗ ਚੱਲ ਰਹੀ ਹੈ, ਆਲਮੋਸਟ ਗੈਸਟ ਆਫ ਗਿਲਟੀ ਦੀ ਸਰ। ਅਸੀਂ 2001 ਤੋਂ ਕੰਮ ਕਰ ਰਹੇ, ਹੁਣ 2024 ਆ ਗਿਆ ਤੇ 28 ਸਤੰਬਰ ਨੂੰ ਰਾਤੋਂ ਰਾਤ 12 ਵਜੇ ਕੀ ਹੋਇਆ, DPI ਵੱਲੋਂ ਲਿਸਟ ਸਰਕੂਲੇਟ ਕਰਤੀਆਂ ਗਈਆਂ ਕਿ ਨਿਊ ਜੁਆਇਨਿੰਗ ਦੀਆਂ, ਤੇ ਨਾਲ ਇੱਕ ਲਾਈਨ ਮੈਂਸ਼ਨ ਕਰਦੇ ਉਹਦੇ ਉੱਪਰ ਕੀ ਲਿਖਿਆ ਹੋਇਆ ਸੀ ਕਿ ਗੈਸਟ ਫੈਕਲਟੀ ਪੋਸਟ ਨੂੰ ਫਿਲਡ ਹੀ ਨਹੀਂ ਮੰਨਿਆ ਜਾਏਗਾ, ਉਹਨੂੰ ਖਾਲੀ ਮੰਨਿਆ ਜਾਏਗਾ, ਤੇ ਜੋ ਭਰਤੀ ਹੋਈ ਨਵੀਂ ਉਹ ਸਾਰੀ ਭਰਤੀ ਕਿਹਦੇ ਉੱਪਰ ਹੋਏਗੀ? ਗੈਸਟ ਫੈਕਲਟੀ ਦੇ ਉੱਪਰ ਹੋਏਗੀ, ਤੇ ਗੈਸਟ ਫੈਕਲਟੀ ਨੂੰ ਬਾਅਦ ਵਿੱਚ ਵਿਚਾਰਿਆ ਜਾਏਗਾ ਸਰ। ਮਤਲਬ ਵਿਚਾਰਿਆ ਜਾਏਗਾ, ਕੋਰਟ ਆਫ ਕੰਡਕਟ ਤੱਕ ਤਾਂ ਨਹੀਂ, ਕੁਛ ਕੱਢ ਦੋ ਸਾਨੂੰ ਬਾਹਰ, ਲੇਕਿਨ ਕੋਰਟ ਆਫ ਕੰਡਕਟ ਤੋਂ ਬਾਅਦ ਕੀ ਹੋਏਗਾ? ਸਾਨੂੰ ਬਾਹਰ ਸਰ ਕੱਢ ਵੀ ਸਕਦੇ ਸਰ, ਕੱਢਣਾ ਕੀ ਹੈ ਸਾਨੂੰ? ਕੱਢ ਦਿੱਤਾ ਹੈ, ਮੰਨ ਲਓ ਸਰ ਕਾਲਜ ਵਿੱਚ 2 ਪੋਸਟਾਂ ਮੈਥ ਦੀਆਂ, 2 ਜਣੇ ਜੁਆਇਨ ਕਰ ਚੁੱਕੇ ਆ, ਸਾਡੇ ਰਿੰਕਲ ਮੈਮ ਅਫੈਕਟਡ ਹੋ ਗਏ ਆ ਸਰ। ਓਵਰਆਲ ਗੈਸਟ ਫੈਕਲਟੀ ਦੇ ਇਸ ਟਾਈਮ 125 ਜਣੇ ਅਫੈਕਟ ਹੋ ਚੁੱਕੇ ਆ ਸਰ, ਉਹਨਾਂ ਦਾ ਕੀ ਫਿਊਚਰ ਹੈ? ਸਾਨੂੰ ਸਰਕਾਰ ਸਰ ਕੀ ਕਰੇ, ਸਾਡੀ ਸਿਕਿਉਰਿਟੀ ਦੇ ਦੇਵੇ ਸਰ, ਉਸ ਤੋਂ ਬਾਅਦ ਜੋ ਮਰਜ਼ੀ ਪੋਸਟ ਆ ਜਿਵੇਂ ਮਰਜ਼ੀ ਉਹਨੂੰ ਸੈਟਿੰਗ ਕਰੇ, ਸਾਨੂੰ ਕੋਈ ਦਿੱਕਤ ਨਹੀਂ ਗੀ, ਪਰ ਸਾਡੀ ਜੋਬ ਨੂੰ ਟਿਲ 50 ਏਜ ਤੱਕ ਸਿਕਿਉਰ ਕਰੇ। ਆਪਾਂ ਆਪਣੇ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਭਗ 2033 ਸੈਂਸ਼ਨ ਪੋਸਟਾਂ ਨੇ ਜੀ ਇਸ ਤੋਂ ਪਹਿਲਾਂ, ਤੇ 160 ਜਿਹੜੀਆਂ ਪੋਸਟਾਂ ਨਵੀਆਂ ਹੋਰ ਕਰਕੇ ਤਾਂ ਲਗਭਗ 2300 ਦੇ ਕਰੀਬ ਜਿਹੜੀ ਕਿ ਸੈਂਸ਼ਨ ਪੋਸਟ ਆ ਜਿਹੜੀ ਬਣਦੀ ਹੈ। ਪਰੰਤੂ ਜੇ ਆਪਾਂ ਆਪਣੇ MR ਸਰਕਾਰੀ ਕਾਲਜ ਦੀ ਗੱਲ ਕਰੀਏ ਤਾਂ ਇਸ ਸਮੇਂ ਇੱਥੇ 36 ਸੈਂਸ਼ਨ ਪੋਸਟਾਂ ਨੇ, ਜਿਹਦੇ ਉੱਤੇ ਕਿ ਅਸੀਂ ਲਗਭਗ 20 ਦੇ ਕਰੀਬ ਜਿਹੜੇ ਕਿ ਆ ਗੈਸਟ ਫੈਕਲਟੀ ਪ੍ਰੋਫੈਸਰ ਤੇ 1 ਪਾਰਟ ਟਾਈਮਰ ਪ੍ਰੋਫੈਸਰ ਜਿਹੜਾ ਕਿ ਉਹ ਕੰਮ ਕਰ ਰਿਹਾ। 16 ਪੋਸਟ ਆਪਣੇ ਇਸ ਕਾਲਜ ਦੇ ਵਿੱਚ ਵੀ ਖਾਲੀ ਹੈ, ਇਸੇ ਤਰ੍ਹਾਂ ਹੋਰਾਂ ਕਾਲਜਾਂ ਦੇ ਵਿੱਚ ਵੀ ਜਿਹੜੀਆਂ ਕਿ ਪੋਸਟਾਂ ਲਗਭਗ ਅੱਧੀਆਂ ਪੋਸਟਾਂ 650 ਪੋਸਟਾਂ ਜਿਹੜੀ ਖਾਲੀ ਪਈ ਹੈ। ਨਹੀਂ ਜੀ, ਪੱਕੀ ਭਰਤੀ 1996 ਤੋਂ ਬਾਅਦ PPSC ਦੀ ਰਿਕਰੂਟਮੈਂਟ 1996 ਦੇ ਵਿੱਚ ਹੋਈ ਸੀ, ਉਸ ਤੋਂ ਬਾਅਦ ਲਗਭਗ ਪਿਛਲੇ 25-26 ਸਾਲ ਹੋ ਗਿਆ ਪੱਕੀ ਭਰਤੀ ਹੈ ਜਿਹੜੀ ਉਹ ਨਹੀਂ ਹੁੰਦੀ। ਦੇਖੋ ਜੀ, ਅਸੀਂ ਤਾਂ ਸਰਕਾਰ ਨੂੰ ਇਹੀ ਵਾਰ ਵਾਰ ਦੱਸਣ ਦੀ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਸਰਕਾਰ ਅੱਜ ਸਾਨੂੰ ਕਹਿ ਰਹੀ ਹੈ ਵੀ ਇਹ ਖਾਲੀ ਪੋਸਟਾਂ ਨੇ, ਤਾਂ 1996 ਤੋਂ ਬਾਅਦ ਇੱਥੇ ਕੋਈ ਪੱਕੀ ਭਰਤੀ ਨਹੀਂ ਹੋਈ।
ਅੱਜ ਵੀ 600 ਪੋਸਟ ਖਾਲੀ ਪਈ ਹੈ। ਜੇ ਅਸੀਂ ਆਪਦੇ ਆਪ ਨੂੰ ਭਰਿਆ ਇਨਕਲੂਡ ਕਰੀਏ, ਜੇ ਸਰਕਾਰ ਦੇ ਹਿਸਾਬ ਨਾਲ ਅਸੀਂ ਗੱਲ ਕਰੀਏ ਤਾਂ 1600-1700 ਜਿਹੜੀਆਂ ਕਿ ਪੋਸਟਾਂ ਉਹ ਖਾਲੀ ਪਈਆਂ ਨੇ। ਤਾਂ ਇੰਨੇ ਸਮੇਂ ਤੋਂ ਫਿਰ ਉਹਨਾਂ ਦੇ ਕਾਲਜਾਂ ਨੂੰ ਚਲਾ ਕੌਣ ਰਿਹਾ ਸੀ? ਉਹ ਸਿਰਫ ਸਾਡੇ ਗੈਸਟ ਫੈਕਲਟੀ ਤੇ ਪਾਰਟ ਟਾਈਮਰ ਲੈਕਚਰਾਰ ਆ, ਇਹਨਾਂ ਨੇ ਹੀ ਕਾਲਜ ਆ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ 20-22 ਸਾਲਾਂ ਤੋਂ ਸਾਂਭੇ ਹੈ। ਜਦੋਂ ਕੀ ਆ ਇਹਨਾਂ ਕਾਲਜਾਂ ਦੇ ਵੱਲ ਕੋਈ ਵੀ ਨਹੀਂ ਆਉਂਦਾ ਸੀ, ਉਸ ਸਮੇਂ ਤੋਂ ਸਾਡੇ ਗੈਸਟ ਫੈਕਲਟੀ ਟੀਚਰਾਂ ਨੇ ਜਿਹੜਾ ਕਿ ਆਪਦੀ ਪੂਰੀ ਜਵਾਨੀ ਦੇ 20 ਸਾਲ ਗਾਲ ਕੇ ਇਹਨਾਂ ਕਾਲਜਾਂ ਨੂੰ ਸਾਂਭਿਆ ਜੀ। ਹੁਣ ਫੈਸਲਾ ਤਾਂ ਇਹ ਆਇਆ ਜੀ, ਇੱਕ ਨਵੀਂ ਭਰਤੀ ਹੋਈ ਆ 1158 ਲੈਕਚਰਾਰਾਂ ਦੀ ਜੀ। ਉਹ ਕੀ ਆ 2021 ਦੇ ਵਿੱਚ ਜਿਹੜਾ ਕਿ ਚੰਨੀ ਗਵਰਨਮੈਂਟ ਨੇ ਉਸ ਭਰਤੀ ਦੀ ਐਡਵਰਟਾਈਜ਼ਮੈਂਟ ਕੀਤੀ ਸੀ, ਚਲੋ ਕੁਛ ਕੁ ਗੱਲਾਂ ਕਰਕੇ ਉਹ ਭਰਤੀ ਹਾਈ ਕੋਰਟ ਦੇ ਵਿੱਚ ਚੱਲ ਰਹੀ ਸੀ। ਤਾਂ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚੋਂ ਡਬਲ ਬੈਂਚ ਦੇ ਵਿੱਚੋਂ ਉਸ ਭਰਤੀ ਦੇ ਜਿਹੜੇ ਕਿ ਆਰਡਰ ਹੋਏ ਆ ਉਸ ਰਿਕਰੂਟਮੈਂਟ ਨੂੰ ਕਰਨ ਦੇ, ਤਾਂ ਸਰਕਾਰ ਨੇ ਕਿ ਉਸ ਭਰਤੀ ਨੂੰ ਕਰਨਾ ਸ਼ੁਰੂ ਕੀਤਾ। ਉਹ ਵੀ ਕੀ ਆ ਸਰਕਾਰ ਦੀ ਕੋਈ ਮਨਸ਼ਾ ਨਹੀਂ ਸੀ, ਉਹ ਹਾਈ ਕੋਰਟ ਦੇ ਆਰਡਰਾਂ ਦੇ ਬਾਅਦ ਹੀ ਉਹ ਭਰਤੀ ਜਿਹੜੀ ਕਿ ਹੋਣੀ ਸ਼ੁਰੂ ਹੋਈ ਹੈ। ਅਸੀਂ ਕੀ ਆ ਉਸ ਭਰਤੀ ਦਾ ਸਵਾਗਤ ਕਰਦੇ ਹਾਂ। ਇੱਕ ਕੀ ਆ ਪਤਾ ਨਹੀਂ ਸਰਕਾਰ ਦੇ ਆਈਟੀ ਸੈੱਲ ਦੁਆਰਾ ਪਤਾ ਨਹੀਂ ਕਿਉਂ ਇੱਕ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਇਹ ਦਰਸਾਇਆ ਜਾਂਦਾ ਕਿ ਜਿਹੜੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਹੈ ਉਹ ਉਸ ਭਰਤੀ ਦਾ ਵਿਰੋਧ ਕਰਦੇ ਆ। ਅਸੀਂ ਅੱਜ ਵੀ ਮੀਡੀਆ ਦੇ ਸਾਹਮਣੇ ਇਹ ਕਹਿਣਾ ਚਾਹੁੰਦੇ ਹਾਂ ਵੀ ਉਹ ਸਾਡੇ ਛੋਟੇ ਭੈਣ ਭਾਈ ਹੈ, ਅਸੀਂ ਉਹਨਾਂ ਦਾ ਕਿਸੇ ਦਾ ਕੋਈ ਵਿਰੋਧ ਨਹੀਂ ਕਰਦੇ। ਅਸੀਂ ਸਿਰਫ ਇਹ ਗੱਲ ਕਰਨੀ ਚਾਹੁੰਦੇ ਹਾਂ ਵੀ ਜਿਹੜੇ ਪਿਛਲੇ 20 ਸਾਲਾਂ ਤੋਂ ਕੰਮ ਕਰਦੇ ਲੈਕਚਰਾਰ ਹੈ ਜਾਂ ਸਾਡੇ ਗੈਸਟ ਫੈਕਲਟੀ ਯੂਨੀਅਨ ਦੇ ਲੈਕਚਰਾਰ ਨੇ, ਉਹਨਾਂ ਦੀਆਂ ਜਿਹੜੀਆਂ ਕਿ ਸੇਵਾਵਾਂ ਨਿਯਮਤ ਕੀਤੀਆਂ ਜਾਣ ਤੇ ਉਹਨਾਂ ਨੂੰ ਇੱਕ ਚੰਗਾ ਪੇ ਸਕੇਲ ਸਨਮਾਨਜਨਕ ਜਿਹੜਾ ਕਿ ਇੱਕ ਅਸਿਸਟੈਂਟ ਪ੍ਰੋਫੈਸਰ ਦਾ ਬਣਦਾ ਹੈ ਉਹ ਦਿੱਤਾ ਜਾਵੇ, ਸਾਡਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਦੇਖੋ ਜੀ, ਮੰਗ ਮੈਂ ਤੁਹਾਨੂੰ ਪਹਿਲਾਂ ਦੱਸਤੀ ਹੈ ਵੀ ਸਾਡੇ ਜਿਹੜੇ 850 ਪਰਿਵਾਰ ਨੇ ਪੂਰੇ ਪੰਜਾਬ ਦੇ ਵਿੱਚ, ਜੇਕਰ ਸਰਕਾਰ ਦਾ ਜਿਹੜਾ ਤੁਗਲਕੀ ਫਰਮਾਨ ਹੈ ਇਹਦੇ ਨਾਲ ਕਿ ਸਾਨੂੰ ਘਰਾਂ ਦੇ ਰਸਤੇ ਆ ਜਿਹੜੇ ਦਿਖਾਏ ਜਾ ਰਹੇ ਆ, ਕਾਲਜਾਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ, ਸਾਡੀ ਮੰਗ ਸਰਕਾਰ ਨੂੰ, ਉਚੇਰੀ ਸਿੱਖਿਆ ਮੰਤਰੀ ਨੂੰ, ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹੀ ਹੈ ਵੀ ਤੁਸੀਂ ਆਪਦਾ ਜਿਹੜਾ ਹਰਾ ਪੈਨ ਹੈ ਉਹ ਹੁਣ ਸਾਡੇ ਭਲੇ ਦੇ ਲਈ ਚਲਾਓ, ਸਾਡੀ ਖਿਲਾਫਤ ਦੇ ਲਈ ਨਾ ਚਲਾਓ, ਸਾਡੇ ਜਿਹੜੇ ਕਿ ਆ ਚੁੱਲ੍ਹੇ ਬਲਦੇ 850 ਪਰਿਵਾਰਾਂ ਦੇ ਉਹਨਾਂ ਚੁੱਲ੍ਹਿਆਂ ਨੂੰ ਤੁਸੀਂ ਕਿਆ ਠੰਡੇ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਨਾ ਕਰੋ। ਹਾਂ, ਜੇਕਰ ਸਰਕਾਰ ਹੈ ਜਿਹੜੀ ਉਹ ਅਗਲੇ ਸਮੇਂ ਦੇ ਵਿੱਚ ਸਾਡੀਆਂ ਇਹ ਗੱਲਾਂ ਨਹੀਂ ਸੁਣਦੀ ਤਾਂ ਜਿਹੜੀਆਂ ਸੰਘਰਸ਼ੀ ਜਥੇਬੰਦੀਆਂ ਖਾਸ ਤੌਰ ਤੇ DTF ਦੇ ਅੱਜ ਸਾਡੇ ਸਾਥੀ ਮਹਿੰਦਰ ਜੀ ਪਹੁੰਚੇ ਨੇ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਇਹਦੇ ਤੋਂ ਇਲਾਵਾ PSU ਦੇ ਧੀਰਜ ਜੀ ਪਹੁੰਚੇ ਨੇ, ਇਹਦੇ ਇਲਾਵਾ ਕਿਸਾਨ ਯੂਨੀਅਨ ਆ ਜਾਂ ਹੋਰ ਵੀ ਜਿਹੜੀਆਂ ਕਿ ਆ ਹੱਕੀ ਹਕੂਕੀ ਮੰਗਾਂ ਪਸੰਦ ਜਿਹੜੀਆਂ ਕਿ ਸੰਘਰਸ਼ੀ ਜਥੇਬੰਦੀਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸੰਘਰਸ਼ ਨੂੰ ਜਿਹੜਾ ਕਿ ਹੋਰ ਤਿੱਖਾ ਕਰਾਂਗੇ। ਦੇਖੋ ਜੀ, ਸਰਕਾਰ ਦੇ ਨਾਲ ਥੋੜੀ ਬਹੁਤੀ ਨੈਗੋਸ਼ੀਏਸ਼ਨ ਇਸ ਮਸਲੇ ਤੇ ਆਗੂਆਂ ਦੀ ਸਾਡੇ ਫਰੰਟ ਦੀਆਂ ਚੱਲ ਰਹੀ ਹੈ, ਪਰ ਹਾਲ ਦੀ ਘੜੀ ਸਰਕਾਰ ਇਸ ਮਸਲੇ ਤੇ ਬਿਲਕੁਲ ਚੁੱਪ ਹੈ। ਸਰਕਾਰ ਝੂਠੇ ਦਲਾਸੇ ਦੇ ਰਹੀ ਹੈ, ਪਰ ਅਸਲ ਦੇ ਵਿੱਚ ਕੀ ਹੈ ਸਰਕਾਰ ਦੁਆਰਾ ਸਾਨੂੰ ਇਹ ਕੁਝ ਨਹੀਂ ਕਿਹਾ ਜਾ ਰਿਹਾ ਵੀ ਤੁਹਾਡੀ ਨੌਕਰੀ ਨੂੰ ਅਸੀਂ ਕਿਸ ਤਰੀਕੇ ਨਾਲ ਜਿਹੜਾ ਕਿ ਸੁਰੱਖਿਅਤ ਕੀਤਾ ਕਰਿਆ ਜਾਏਗਾ। ਦੇਖੋ ਜੀ, ਹਾਲਾਤ ਬੜੇ ਮਾੜੇ ਆ ਜੀ ਸਾਡੇ, ਜਿਹੜੇ ਕੀ ਹੈ ਪਰਸੋਂ ਚੌਥ ਤੋਂ ਜਦੋਂ ਦਾ ਇਹ ਸਰਕਾਰ ਦਾ ਫਰਮਾਨ ਆਇਆ, ਜਿਹੜੀ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਸਰਕਾਰ ਨੇ ਫਰਮਾਨ ਜਾਰੀ ਕੀਤਾ, ਤਾਂ ਸਾਡੇ ਲਗਭਗ ਸਾਰੇ ਪਰਿਵਾਰਾਂ ਦੇ ਵਿੱਚ ਵੀ ਟੈਨਸ਼ਨਾਂ ਨੇ, ਸਾਰੇ ਜਿਹੜੇ ਕਿ ਲੈਕਚਰਾਰ ਆ ਉਹ ਵੀ ਇੱਕ ਮਾਨਸਿਕ ਜਿਹੜੀ ਪਰੇਸ਼ਾਨੀ ਦਾ ਜਿਹੜਾ ਕਿ ਸਾਹਮਣਾ ਉਹ ਕਰ ਰਹੇ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੁਝ ਵੀ ਹੁੰਦਾ ਕਿਸੇ ਵੀ ਪ੍ਰੋਫੈਸਰ ਦੀ ਕੋਈ, ਜੇ ਆਪਾਂ ਕਹਦੇ ਖੁਦਕੁਸ਼ੀ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਤਾਂ ਉਹਦੇ ਲਈ ਕਿ ਪੂਰੀ ਦੀ ਪੂਰੀ ਪੰਜਾਬ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਜ਼ਿੰਮੇਵਾਰ ਹੋਣਗੇ। ਕੀ ਨਾਮ ਹੈ? ਮੇਰਾ ਨਾਮ ਤਲਵਿੰਦਰ ਸਿੰਘ ਹੈ ਜੀ, ਮੈਂ ਜੀਓਗ੍ਰਾਫੀ ਲੈਕਚਰਾਰ ਹਾਂ ਜੀ MR ਕਾਲਜ। ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜੋ ਗੈਸਟ ਫੈਕਲਟੀ ਦੀ ਕੈਂਡਲ ਮਾਰਚ ਦੀ ਹਮਾਇਤ ਕਰ ਰਹੇ ਹਾਂ ਜੀ, ਅਸੀਂ ਮੈਂ ਖੁਦ ਯੂਨੀਅਨ ਦੇ ਆਗੂ ਦੇ ਤੌਰ ਤੇ ਨਹੀਂ, ਅਸੀਂ ਇਹਨਾਂ ਤੋਂ ਪੜ੍ਹੇ ਵੀ ਹੋਏ ਹਾਂ, ਇਹਨਾਂ ਅਧਿਆਪਕਾਂ ਤੋਂ ਪੜ੍ਹੇ ਹੋਏ ਹਾਂ। ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਕਾਲਜ ਵਿੱਚ ਜਿਹੜਾ ਸਟੂਡੈਂਟਸ ਨੂੰ ਪੜ੍ਹਾਇਆ ਤੇ ਇਹਨਾਂ ਤੋਂ ਵਧੀਆ ਪੋਸਟਾਂ ਤੇ ਉਹ ਸਟੂਡੈਂਟ ਇਹਨਾਂ ਤੋਂ ਪੜ੍ਹ ਕੇ ਪਹੁੰਚੇ ਹੋਏ ਆ। ਅੱਜ ਕੀ ਹੈ ਕਿ ਪੰਜਾਬ ਸਰਕਾਰ ਹਾਇਰ ਐਜੂਕੇਸ਼ਨ ਨੂੰ ਜਿਹੜਾ ਪੱਠਾ ਬਿਠਾਉਣ ਲੱਗੀ ਹੋਈ ਆ, ਹਾਇਰ ਐਜੂਕੇਸ਼ਨ ਦਾ ਜੋ ਨੁਕਸਾਨ ਇਹਨਾਂ ਸਰਕਾਰਾਂ ਨੇ ਕੀਤਾ ਉਹ ਕਿਤੇ ਹੋਰ ਹੋਇਆ ਨਹੀਂ ਹੈ। ਪਿਛਲੇ ਲੰਮੇ ਸਮੇਂ ਤੋਂ ਕਾਲਜਾਂ ਵਿੱਚ ਪਹਿਲਾਂ ਭਰਤੀ ਨਹੀਂ ਕੀਤੀ, ਭਰਤੀ ਜਦੋਂ ਕੀਤੀ ਸੀ ਤਾਂ ਉਹ ਕੱਚੀ ਕੀਤੀ ਸੀ, ਗੈਸਟ ਫੈਕਲਟੀ ਕਹਿ ਕੇ ਕੁਛ
ਇਸ ਤਰ੍ਹਾਂ ਜਿਹੜਾ ਪ੍ਰੋਫੈਸਰ ਰੱਖ ਲਏ ਗਏ ਜਿਨ੍ਹਾਂ ਦਾ ਜਿਹੜਾ ਆਰਥਿਕ ਸ਼ੋਸ਼ਣ ਹੁੰਦਾ ਰਿਹਾ ਲਗਾਤਾਰ, ਮਾਨਸਿਕ ਸ਼ੋਸ਼ਣ ਵੀ ਹੁੰਦਾ ਰਿਹਾ ਕਿ ਉਹਨਾਂ ਦੀ ਜਿਹੜੀ ਜੋਬ ਦੀ ਕਦੇ ਸਿਕਿਉਰਿਟੀ ਬਣੀ ਹੋਈ ਨਹੀਂ, ਲਗਾਤਾਰ ਸੰਘਰਸ਼ ਦੇ ਰਸਤੇ ਪਏ ਰਹੇ ਆ। ਅੱਜ ਜਦੋਂ ਪੀਕ ਜਦੋਂ ਇਹ 20-20 ਸਾਲ ਹੋ ਗਏ ਕੰਮ ਕਰਦਿਆਂ ਨੂੰ, ਤਾਂ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਇਹ ਤਾਂ ਪੋਸਟ ਖਾਲੀ ਮੰਨੀ ਜਾਊਗੀ। ਮੈਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਜਿੰਨੇ ਕਾਲਜ ਆ ਤੇ ਜੋ UGC ਦੇ ਨਿਯਮ ਕਹਿੰਦੇ ਕਿ 60:1 ਅਨੁਪਾਤ ਦੇ ਰੇਸ਼ੋ ਦੇ ਅਨੁਸਾਰ ਇੱਕ ਅਧਿਆਪਕ ਇੱਕ ਕਲਾਸ ਦੇ ਵਿੱਚ 60 ਸਟੂਡੈਂਟ ਨੂੰ ਪੜ੍ਹਾਊਗਾ, ਉਸ ਅਨੁਸਾਰ ਜੇ ਦੇਖੀਏ ਤਾਂ ਪੰਜਾਬ ਵਿੱਚ ਹਜੇ ਵੀ ਦੁੱਗਣੀਆਂ ਪੋਸਟਾਂ ਦੀ ਲੋੜ ਆ। ਤੇ ਉਹ ਜਿਹੜੀਆਂ ਭਰਤੀ ਹੈ ਜਿਹੜੀ 11-58 ਭਰਤੀ ਹੋਈ ਆ, ਤੇ ਗੈਸਟ ਫੈਕਲਟੀ ਨੂੰ ਵੀ ਜੇ ਰੱਖ ਲਿਆ ਜਾਵੇ ਤਾਂ ਵੀ ਪੰਜਾਬ ਦੇ ਕਾਲਜਾਂ ਵਿੱਚ ਜਿਹੜੇ ਪ੍ਰੋਫੈਸਰਾਂ ਦੀ ਘਾਟ ਹੋਣੀ ਆ। ਪਰ ਇਹ ਸਰਕਾਰ ਉਹ ਪੋਸਟਾਂ ਵਧਾਉਣ ਦੀ ਬਜਾਏ ਇਹਨਾਂ ਨੂੰ ਕਹਿ ਰਿਹਾ ਕਿ ਇਹ ਜਿਹੜੀ ਪੋਸਟ ਨੂੰ ਖਾਲੀ ਮੰਨਿਆ ਜਾਵੇ ਤੇ ਇਹਨਾਂ ਨੂੰ ਜਿਹੜੀ ਸਿਰ ਤੇ ਤਲਵਾਰ ਲੱਗੀ ਹੋਈ ਆ। ਕਿ ਇੱਕ ਤਾਂ ਪ੍ਰੋਫੈਸਰ ਜਿਹੜੀ 11-58 ਭਰਤੀ ਹੋਈ, ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਨਾਲ ਹੀ ਇਹ ਵੀ ਅਸੀਂ ਐਲਾਨ ਕੀਤਾ ਹੋਇਆ ਕਿ ਇਹ ਜਿਹੜੀ ਗੈਸਟ ਫੈਕਲਟੀ ਆ ਇਹਨੂੰ ਕਿਤੇ ਜਾਣ ਨਹੀਂ ਦੇਵਾਂਗੇ, ਇਹ ਪ੍ਰੋਫੈਸਰ ਵੀ ਉਹਨਾਂ ਕਾਲਜਾਂ ਵਿੱਚ ਹੀ ਪੜ੍ਹਾਉਣਗੇ ਤੇ ਨਾਲ ਹੀ ਇੱਕ ਜਿਹੜਾ ਇਹਨਾਂ ਨੂੰ ਜਿਹੜੀ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਦਿੱਤੀ ਜਾਵੇ, ਜਿਹੜਾ ਇਹਨਾਂ ਦਾ ਬਣਦਾ ਮਾਨ ਸਨਮਾਨ ਉਹ ਜਿਹੜਾ ਦਵਾ ਕੇ ਉਦੋਂ ਤੱਕ ਜਿਹੜੀ ਲੜਾਈ ਜਿਹੜੀ ਨਾਲ ਰਵਾਂਗੇ ਤੇ ਪੰਜਾਬ ਸਟੂਡੈਂਟਸ ਨਾਲ ਅੱਗੇ ਹੋ ਕੇ ਲੜਾਂਗੇ।